बिस्मिल्लाहिर्रहमानिर्रहीम अस्सलाम वालेकुम। मैं अमर हूं, तुसी अपना यूट्यूब चैनल अमर विकास ऑफिशियल तकन अगे। उम्मीद करना सारे भैन भरा ठीक ठाक हो। सो अल्लाह मेरी दुआ है कि अल्लाह ताला संगी डेरू खुशियां नसीब फरमाए, अल्लाह ताला संगी दुआ जाना च कामयाबियां अता फरमा। एक और खूबसूरत जी वीडियो लैके सारे भैन भरावों की खिदमत में हाजिर हाँ। जैसा कि थंबनेल टाइटल तक तुसी बखूबी पता चल गया कि अज नहीं मेरी वीडियो किस टॉपिक नहीं है। इस टाइम मैं रठोआ मोहम्मद अली पुल पर मौजूद हाँ और इंशाल्लाह अगर चल के तुसांगनाल एक बहुत ही खुशी नहीं खबर है जी, वो अपडेट शेयर कर सा और बाकी गलबात भी पुलने वाले नाल होसी। और उस अलावा इंशाल्लाह कुछ मैं ड्रोन ने क्लिप भी शामिल कर सा इस एरिए ने, और स्पेशली मंगला डैम विच पानियन के सूरत हाल है ये भी अपडेट सुना लगे चल के वीडियो शेयर कर सा। तो वीडियो मेरे नाल ही रवे। तो वीडियो शुरू करने से पहला सारे भैन भरावों अगर एक छोटी जी रिक्वेस्ट है, जिन्हें अज तक मेरे चैनल की सबसक्राइब नहीं किया वो मेरे चैनल की सबसक्राइब कर छोड़ो, तो नाल जरा बैल आइकन है ये लाजमी प्रेस कर छोड़े। तो जिन्हें भैन भरावान ऑलरेडी मेरे चैनल की सबसक्राइब किए हैं उन्होंने बहुत बहुत शुक्रिया। तो हूँ तुम सब तो पहला इस एरिए ने खूबसूरत जे ड्रोन क्लिप तको, तो अगर चल के दोबारा वीडियो मुलाकात करने हैं तो इस बारे च बाकी गलबात करने हैं, तो कि खुशी नहीं खबर है वह भी अगर चल के सारे भैन भरावान शेयर करने हैं। तुसा इस एरिए ने ड्रोन ने क्लिप भी तके ना और तुसा भी तकिया कि इस टाइम मंगला डैम विच पानी निके सूरत हाल है। मंगला डैम ना पानी इस टाइम मुकम्मल फुल हो चुका है और इसकी खराज ना अमल भी शुरू है। डेली तकरीबन 45 to 40,000 क्यूसक ने राउंड अबाउट पानी जरा डेली खारज करन लगे। तो हूँ इस टाइम भी मैं पुला पर मौजूद हाँ और तुसांगनाल मैं शेयर करना इस टाइम पुल नी के सूरत हाल है। इधर तुसांगी नज़र आवन लगे है हर तरफ मंगला डैम ना पानी है और जैसा कि मैं तुसांगी वीडियो दसिया फुल हो चुकिया और इधर जवान है जजीरा है, जजीरे पर आवाम जी है एले इलाका मछियां ना शिकार करने पे। जैसा कि तुसांगी नज़र आवन लगे है दूर दूर तक मछियां ना शिकार होन लगे है। इधर भी आवाम लगी है जनाब डैम ने अंदर बढ़ के और इधर जवान कुछ नहा गए नज़र आवन लगे हो
ਇਹ ਬਹੁਤ ਬੜਾ ਰਿਸਕ ਹੈ, ਇੱਧਰ ਤੱਕ ਉਹ ਜੀ ਇੱਧਰ ਤੱਕ ਲੜਕਾ ਇੱਕ ਆਏ ਆ ਨਹਾਉਣਗੇ ਆ, ਔਰ ਕਿਤਨੇ ਦੂਰ ਆਏ ਆ ਕਿਨਾਰੇ ਤੋਂ, ਇਹ ਬਹੁਤ ਬੜਾ ਰਿਸਕ ਹੈ, ਇਤਨਾ ਬੜਾ ਰਿਸਕ ਜਾਨ ਨਾਲ ਨਹੀਂ ਲੈਣਾ ਚਾਹੀਦਾ। ਉਹ ਸਾਹਮਣਾ ਕਿਨਾਰਾ ਹੈ ਔਰ ਇਹ ਤੱਕ ਉਹ ਲੜਕਾ ਕਿੱਥੇ ਫਿਰਨ ਅੱਗੇ ਹੈ, ਔਰ ਬਾਕੀ ਵੀ ਇਹ ਜਵਾਨ ਨਹਾਉਣ ਅੱਗੇ, ਆਪਣੀ ਜਾਨ ਨਹੀਂ ਆ ਸੇਫਟੀ ਕਰਨੀ ਚਾਹੀਦੀ ਹੈ, ਗਲਤ ਕੰਮ ਜਿਹੜਾ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਕਿ ਪਾਣੀਆਂ ਵਿੱਚ ਇਤਨਾ ਬੜਾ ਰਿਸਕ ਹੈ, ਕਿਉਂਕਿ ਮੰਗਲਾ ਡੈਮ ਨਾਲ ਪਾਣੀ ਹੈ ਇੱਥੇ ਕੋਈ ਪਤਾ ਨਹੀਂ ਕਿਸ ਜਗ੍ਹਾ ਤੱਕ ਕਿਤਨਾ ਗਹਿਰਾ ਪਾਣੀ ਹੈ, ਇਸ ਦੀ ਗਹਿਰਾਈ ਨਾਲ ਅੰਦਾਜ਼ਾ ਨਾ ਤੁਸੀਂ ਲਾ ਸਕਣੇ। ਔਰ ਜੈਸਾ ਕਿ ਮੈਂ ਤੁਹਾਨੂੰ ਵੀਡੀਓ ਨੇ ਸ਼ੁਰੂ ਤੋਂ ਦੱਸਿਆ ਸੀ ਕਿ ਇੱਕ ਖਬਰ ਹੈ ਖੁਸ਼ੀ ਨੇ ਇਹ ਲਿਆਉਣੇ ਮੀਰਪੁਰ ਵਾਸਤੇ ਸਪੈਸ਼ਲੀ, ਉਹ ਇਹ ਹੈ ਕਿ ਮੰਗਲਾ ਡੈਮ ਨਾਲ ਜਿਹੜਾ ਇਨਸ਼ਾਅੱਲਾ ਕੰਸਟਰਕਸ਼ਨ ਦਾ ਕੰਮ ਜਿਹੜਾ ਉਹ ਕੁਛ ਮਹੀਨਿਆਂ ਤੱਕ ਸ਼ੁਰੂ ਹੋਣਾ ਹੈ। ਵਜ਼ੀਰ ਆਜ਼ਮ ਸਾਹਿਬ ਕੁਛ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਹੈ, ਉਹਨਾਂ ਵੀ ਦੱਸਿਆ ਕਿ ਇਸ ਪੁਲ ਨਾਲ ਕੰਮ ਦੁਬਾਰਾ ਸ਼ੁਰੂ ਕਰਨ ਵਾਸਤੇ 4 ਅਰਬ ਰੁਪਇਆ ਮੁਖਤਸ ਕਰ ਦਿੱਤਾ ਗਿਆ, ਇਸ ਨੇ ਕੰਸਟਰਕਸ਼ਨ ਦਾ ਕੰਮ ਜਿਹੜਾ ਅਨਕੰਪਲੀਟ ਹੈ ਉਸਕੀ ਕੰਪਲੀਟ ਕਰਨ ਵਾਸਤੇ, ਔਰ ਸਭ ਤੋਂ ਜ਼ਿਆਦਾ ਜਿਹੜਾ ਕ੍ਰੈਡਿਟ ਜਾਣਾ ਪਿਆ ਇਸ ਪੁਲ ਕੀ ਕੰਪਲੀਟ ਕਰਨ ਵਿੱਚ, ਸਭ ਤੋਂ ਜ਼ਿਆਦਾ ਕ੍ਰੈਡਿਟ ਮੈਂ ਦੇਣਾ ਪਿਆ ਅਵਾਮੀ ਐਕਸ਼ਨ ਕਮੇਟੀ ਕੀ ਜਿਹਨਾਂ ਇਤਨੀ ਐਫਰਟ ਕੀਤੀ ਹੈ, ਔਰ ਉਸ ਤੋਂ ਇਲਾਵਾ PM ਸਾਹਿਬ ਨਾਲ ਵੀ ਸ਼ੁਕਰੀਆ ਅਦਾ ਕਰਨੇ ਹਾਂ, ਔਰ ਉਸ ਤੋਂ ਇਲਾਵਾ ਦੀਗਰ ਮਹਿਕਮਾ ਅਮੂਰ ਮੰਗਲਾ ਹੋ ਗਿਆ ਔਰ ਦੀਗਰ ਜਿਹੜੇ ਇਸ ਰਿਲੇਟਡ ਵਜ਼ੀਰ ਹਨ ਉਹਨਾਂ ਸਭਾਂ ਨਾਲ ਐਲਿਆਨ ਅਮੀਰਪੁਰ ਦੀ ਤਰਫੋਂ ਮੈਂ ਸ਼ੁਕਰੀਆ ਅਦਾ ਕਰਨਾ ਕਿ ਉਹਨਾਂ ਇਸ ਬਾਰੇ ਵੀ ਸੋਚਿਆ ਔਰ ਇਸ ਕੰਮ ਕੀ ਪੂਰਾ ਕਰਨ ਦੇ ਬਾਰੇ ਵਿੱਚ ਸੋਚਿਆ ਨੇ, ਔਰ ਇਸ ਵਾਸਤੇ ਦੁਬਾਰਾ ਇੱਕ ਕਹਿ ਲਓ ਕਿ ਪ੍ਰੋਜੈਕਟ ਕੀ ਦੁਬਾਰਾ ਸਟਾਰਟ ਕਰਨ ਵਾਸਤੇ ਰਕਮ ਵੀ ਜਿਹੜੀ ਹੈ ਉਹ ਦਿੱਤੀ ਗਈ ਹੈ, ਤਾਂ ਇਨਸ਼ਾਅੱਲਾ ਮਹਿਕਮਾ ਅਮੂਰ ਮੰਗਲਾ ਨੇ ਉਹਨਾਂ ਨੇ ਕਹਿਣ ਦੇ ਮੁਤਾਬਕ ਇਹ ਜਿਹੜਾ ਪਾਣੀ ਹੈ 45,000 ਕਿਊਸਕ ਨੇ ਹਿਸਾਬ ਤਾਂ ਡੇਲੀ ਖਰਾਜ ਹੋਣ ਲੱਗੇ ਆ, ਔਰ ਨੈਕਸਟ ਦਸੰਬਰ ਜਾਂ ਫਿਰ ਜਨਵਰੀ ਤੱਕ ਇਹ ਬਿਲਕੁਲ ਮੰਗਲਾ ਡੈਮ ਦਾ ਪਾਣੀ ਖੁਸ਼ਕ ਹੋ ਜਾਏਗਾ, ਮਹਦੂਦ ਹੋ ਜਾਏਗਾ, ਉਸ ਤੋਂ ਬਾਅਦ ਇਹ ਦੁਬਾਰਾ ਕੰਸਟਰਕਸ਼ਨ ਦਾ ਕੰਮ ਸ਼ੁਰੂ ਹੋ ਜਾਏਗਾ। ਇਸ ਟਾਈਮ ਤੁਸੀਂ ਨਜ਼ਰ ਆਉਣ ਲੱਗੇ ਹੈ ਇਹ ਪੁਲ ਨਹੀਂ ਸੂਰਤ ਵਾਲਾ ਜਿਹੜਾ ਏਰੀਆ ਇਹ ਬਣਾਇਆ ਗਿਆ ਹੈ ਫੁੱਟਪਾਥ ਏਰੀਆ, ਜਾਂ ਤਾਂ ਇਹਨਾਂ ਏਰੀਆ 'ਚ ਸਾਈਕਲ ਵਗੈਰਾ ਚਲਾਇਆ ਕਰਨਗੇ ਲੋਕ ਜਾਂ ਮੋਟਰਸਾਈਕਲ ਚਲਾਇਆ ਕਰਨਗੇ, ਕੁਛ ਕਨਫਰਮ ਹੈ ਇਸ ਬਾਰੇ 'ਚ ਨਾ ਕਹਿ ਸਕਣਾ। ਇਹ ਤੋੜੋ ਤੋੜ ਤੁਸੀਂ ਨਜ਼ਰ ਆਉਣ ਲੱਗੀ ਹੈ ਪੁਲ ਨੇ ਦੋਵਾਂ ਸਾਈਡਾਂ 'ਤੇ ਬਣਾਇਆ ਨੇ, ਇਸ ਤਰ੍ਹਾਂ ਕਿ ਮਤਲਬ ਹੈ ਇਹ ਬਣਾਉਣੇ ਨਾ, ਇਸ ਬਾਰੇ 'ਚ ਮੈਂ ਕੁਝ ਨਾ ਕਹਿ ਸਕਣਾ। ਤਾਂ ਬਾਕੀ ਇਹ ਸਾਹਮਣਾ ਪੁਲ ਹੈ ਤੁਸਾਂ ਕੀ ਨਜ਼ਰ ਆਉਣ ਲੱਗੇ ਹੈ, ਇਹ ਜਿਹੜਾ ਪੁਲ ਸੀ ਇਹ 2-way ਸੀ, ਇਸ ਸਾਈਡ ਤੋਂ ਗੱਡੀਆਂ ਆਉਣ ਵਾਸਤੇ ਔਰ ਜਾਣ ਵਾਸਤੇ ਇਹ ਪੁਲ ਇਸਤੇਮਾਲ ਕੀਤਾ ਜਾਏਗਾ। ਹੁਣ ਜੈਸਾ ਕਿ ਤੁਸਾਂ ਵੀਡੀਓ 'ਚ ਦੇਖਿਆ ਕਿ ਕੰਸਟਰਕਸ਼ਨ ਦਾ ਕੰਮ ਵੀ ਸ਼ੁਰੂ ਹੋਣਾ, ਇਨਸ਼ਾਅੱਲਾ ਅੱਲਾ ਕਰੇ ਤਾਂ ਬਹੁਤ ਜਲਦੀ ਸ਼ੁਰੂ ਹੋ ਜਾਏ। ਇਹ ਤੁਸੀਂ ਨਜ਼ਰ ਆਉਣ ਕੀ ਹੈ ਇਸ ਟਾਈਮ, ਇਹ ਤਕਰੀਬਨ 8-10 ਸਾਲ ਹੋ ਗਏ ਨੇ ਇਹ ਪੁਲ ਇੱਥੇ ਹੀ ਅਨਕੰਪਲੀਟ ਪਏ ਆ, ਔਰ ਇਸ ਕੀ ਕੋਈ ਪੁੱਛਣ ਵਾਲਾ ਕੋਈ ਵਾਲੀ ਵਾਰਸ ਨਹੀਂ ਇਸ ਪੁਲ ਨੇ ਬਾਰੇ ਵਿੱਚ, ਇਤਨਾ ਗੌਰਮੈਂਟ ਨਾਲ ਖਰਚਾ ਹੋਇਆ ਇਸ ਨੇ ਬਾਵਜੂਦ ਵੀ, ਅਰਬਾਂ ਰੁਪਈਏ ਲਾਉਣੇ ਨੇ ਬਾਵਜੂਦ ਵੀ ਇਹ ਪੁਲ ਇੱਕ ਸਵਾਲੀਆ ਨਿਸ਼ਾਨ ਸੀ ਹਰ ਗੌਰਮੈਂਟ ਵਾਸਤੇ। ਬਹਰਹਾਲ ਅਗਰ ਅੱਲਾ ਕਰਿਆ ਹੁਣ ਜਲਦੀ ਇਹਨਾਂ ਪ੍ਰੋਜੈਕਟ ਕੰਮ ਸਟਾਰਟ ਹੋ ਜਾਏ ਤਾਂ ਇਹ ਸਾਰੇ ਕਸ਼ਮੀਰ ਵਾਸਤੇ ਸਪੈਸ਼ਲੀ ਐਲਿਆਨੇ ਮੀਰਪੁਰ ਹੋ ਗਏ ਉਹ ਇਹਨਾਂ ਵਾਸਤੇ ਕਾਫੀ ਖੁਸ਼ੀ ਨਹੀਂ ਖਬਰ ਹੈ। ਇਸ ਟਾਈਮ ਤੁਸੀਂ ਤੱਕਣ ਅੱਗੇ ਹੋ ਕਾਫੀ ਗਰਮੀ ਹੈ, ਇਸ ਦੇ ਬਾਵਜੂਦ ਵੀ ਮੈਂ ਜਿਹੜਾ ਫਿਨਿਸ਼ਿੰਗ ਏਰੀਆ ਜਿਸ ਜਗ੍ਹਾ ਤੋਂ ਕੰਮ ਬੰਦ ਹੋਇਆ ਪੁੱਲ ਨਾਲ ਉਸ ਏਰੀਏ 'ਚ ਮੈਂ ਜਾਣ ਲੱਗੇ ਹਾਂ, ਤਾਂ ਪੁੱਲ ਵੀ ਬੰਦ ਹੈ, ਉਹ ਮਿੱਟੀ ਸੱਟ ਕੇ ਬੰਦ ਕਰ ਛੁੜੇ ਜਾਣੇ ਕਿਉਂਕਿ ਹੁਣ ਮੋਟਰਸਾਈਕਲ ਵਗੈਰਾ ਵੀ ਉਸ ਏਰੀਏ 'ਚ ਨਹੀਂ ਜਾ ਸਕਣੇ। ਅਗਰ ਕਿਸੇ ਜਾਣਾ ਤਾਂ ਉਹ ਪੈਦਲ ਜਾ ਸੀ,
ਤਾਂ ਮੈਂ ਵੀ ਪੈਦਲ ਜਾਣ ਲੱਗੇ ਹਾਂ ਅੱਗੇ ਚੱਲ ਕੇ ਤੁਸੀਂ ਉਹ ਏਰੀਆ ਵੀ। ਔਰ ਅਗਰ ਵਿਊ ਦੀ ਗੱਲ ਕੀਤੀ ਜਾਏ ਤਾਂ ਸਾਹਮਣਾ ਮੀਰਪੁਰ ਹੈ ਔਰ ਇਹ ਸਾਰਾ ਮੰਗਲਾ ਡੈਮ ਨਾਲ ਪਾਣੀ ਹੈ ਜਿਹੜਾ ਕਿ ਤੁਸਾਂ ਇਸ ਟਾਈਮ ਮੇਰੇ ਕੈਮਰੇ ਵਿੱਚ ਨਜ਼ਰ ਵੀ ਆਉਣ ਲੱਗੇ ਆ। ਔਰ ਇਹ ਅੱਗੇ ਇਸਲਾਮਗੜ੍ਹ ਏਰੀਆ ਔਰ ਇਹ ਉਹ ਪੁੱਲ ਹੈ ਜਿਹੜਾ ਅੱਜ ਤੱਕ ਕੰਪਲੀਟ ਨਹੀਂ ਹੋਣ ਲੱਗਿਆ, ਥੋੜ੍ਹੀ ਜਿਹੀ ਜਗ੍ਹਾ ਤੋਂ ਸਾਰਾ ਪ੍ਰੋਜੈਕਟ ਜਿਹੜਾ ਇਹ ਬੰਦ ਹੋਏ ਹੈ। ਔਰ ਪੁੱਲ ਨਹੀਂ ਅਗਰ ਮਸ਼ਰਕ ਵਾਲੀ ਸਾਈਡ 'ਤੇ ਮੈਂ ਕੈਮਰਾ ਫੇਰਾਂ ਤਾਂ ਵੀ ਤੁਸੀਂ ਇੱਧਰ ਨਾ ਹੀ ਸੂਰਤ ਹਾਲ ਨਜ਼ਰ ਆਉਣ ਲੱਗੀ ਹੈ, ਹਰ ਤਰਫ ਇਸ ਟਾਈਮ ਮੰਗਲਾ ਡੈਮ ਨਾਲ ਪਾਣੀ ਨਜ਼ਰ ਆਉਣ ਲੱਗੇ ਹੈ ਤਾਂ ਜਾਂ ਫਿਰ ਇਹ ਜਿਹੜੇ ਬਿਜਲੀ ਵਾਲੇ ਬੜੇ ਪੋਲ ਲੱਗੇ ਇਹਦੇ ਨਜ਼ਰ ਆਉਣ ਲੱਗੇ ਹਨ। ਇਸ ਤੋਂ ਇਲਾਵਾ ਡੈਮ ਦੇ ਅੰਦਰ ਕੋਈ ਸ਼ੈ ਨਹੀਂ ਨਜ਼ਰ ਆਉਣ ਲੱਗੀ। ਹੁਣ ਰਠੋਆ ਰਿਆਮ ਪੁੱਲ ਵਿੱਚ ਐਸੀ ਜਗ੍ਹਾ ਤਾਂ ਮੌਜੂਦ ਆ ਜਿਹੜਾ ਫਿਨਿਸ਼ਿੰਗ ਏਰੀਆ ਔਰ ਜੈਸਾ ਕਿ ਤੁਸੀਂ ਮੇਰੀ ਬੈਕ ਸਾਈਡ 'ਤੇ ਨਜ਼ਰ ਵੀ ਆਉਣ ਲੱਗੇ ਔਰ ਅੱਗੇ ਚੱਲ ਕੇ ਮੈਂ ਵੀਡੀਓ 'ਚ ਤੁਹਾਨੂੰ ਨਾਲ ਸ਼ੇਅਰ ਵੀ ਕਰਨਾ, ਇਸ ਏਰੀਏ 'ਚ ਅਜੇ ਤੱਕ ਦੋ ਬੀਮ ਬਣਨੇ ਸੀ, ਉਹ ਬੀਮ ਅਜੇ ਤੱਕ ਨਹੀਂ ਬਣ ਸਕੇ, ਜਿਸ ਦੀ ਵਜ੍ਹਾ ਤੋਂ ਇਹ ਸਾਰਾ ਰਠੋਆ ਰਿਆਮ ਪੁੱਲ ਵਾਲਾ ਪ੍ਰੋਜੈਕਟ ਪੈਂਡਿੰਗ ਪਏ ਆ। ਔਰ ਮੈਂ ਇੱਥੇ ਪੁੱਲ ਉੱਪਰ ਆਇਆ ਤਾਂ ਇੱਥੇ ਮੈਂ ਦੇਖਿਆ ਲਿਖੀ ਆ ਡੇਟ ਬਣੀ ਪਈ ਹੈ ਜੈਸਾ ਕਿ ਤੁਸੀਂ ਨਜ਼ਰ ਆਉਣ ਲੱਗੀ ਹੈ 9/5/2017 ਔਰ ਮੰਡੇ ਇਹ ਪੰਜਵੇਂ ਮਹੀਨੇ ਦੀ 9/2017 ਡੇਟ ਸੀ ਔਰ ਸਵਾਰ ਦਿਹਾੜਾ ਸੀ ਜਿਸ ਦਿਨ ਇਸ ਏਰੀਏ 'ਚ ਕੰਕਰੀਟ ਪਈ ਹੈ। ਜੈਸਾ ਕਿ ਤੁਸੀਂ ਤੱਕਣੇ ਹੋ ਪਏ ਕੰਕਰੀਟ ਨੇ ਅੰਦਰ ਡੇਟ ਲਿਖੀ ਹੈ ਔਰ ਅੱਜ ਇਸ ਪੁੱਲ ਕੀ ਬੰਦ ਹੋਏ ਹਾਂ ਤਕਰੀਬਨ 7 ਤੋਂ 8 ਸਾਲ ਹੋ ਚੁੱਕੇ ਜਿਹੜਾ ਅਨਕੰਪਲੀਟ ਹੈ ਅਜੇ ਤੱਕ ਇਹ ਏਰੀਆ ਉਹ ਜਿੱਥੇ ਅਜੇ ਤੱਕ ਨਹੀਂ ਬਣ ਸਕਿਆ। ਇਹ ਅੱਗੇ ਇੱਕ ਪਿੱਲਰ ਬਣੇ ਆ, ਇੱਕ ਉਹ ਸਾਹਮਣਾ ਪਿੱਲਰ ਬਣੇ ਆ, ਇਸ ਨੇ ਸੈਂਟਰ ਵਿੱਚ ਦੋ ਪਿੱਲਰ ਹੋਰ ਲੱਗਣਗੇ, ਇਹਨਾਂ ਦੋਵਾਂ ਪਿੱਲਰਾਂ ਨੇ ਵਿਚਕਾਰ ਤਾਂ ਫਿਰ ਇਸ ਨੇ ਉੱਪਰ ਕੰਕਰੀਟ ਹੋ ਜਾਏਗੀ ਔਰ ਇਹ ਜਿਹੜਾ ਪੁੱਲ ਨਾਲ ਕੰਮ ਹੈ ਇਹ ਦੁਬਾਰਾ ਤਾਮੀਰ ਹੋ ਜਾਏਗਾ ਔਰ ਇਸ ਨੇ ਉੱਪਰ ਰੋਡ ਵਗੈਰਾ ਵੀ ਬਣ ਜਾਏਗੀ। ਜੈਸਾ ਕਿ ਹੁਣ ਇਸ ਟਾਈਮ ਮੈਂ ਆਏ ਹਾਂ ਇੱਥੇ ਤੁਸੀਂ ਨਜ਼ਰ ਆਉਣ ਲੱਗੇ ਆ, ਇਹ ਸਾਹਮਣਾ ਇਸਲਾਮਗੜ੍ਹ ਏਰੀਆ ਹੈ ਔਰ ਮੈਂ ਵੀਡੀਓ ਬਣਾਉਣ ਇੱਥੇ ਸਾਰਿਆਂ ਭੈਣ ਭਰਾਵਾਂ ਵਾਸਤੇ ਆਇਆਂ ਪੈਦਲ। ਜੈਸਾ ਕਿ ਤੁਸੀਂ ਪੁੱਲ ਨਾਲ ਟੋਟਲ ਰਸਤਾ ਨਜ਼ਰ ਆਉਣ ਲੱਗੇ ਆ, ਇਹ ਪੁੱਲ ਬੰਦ ਹੋ ਚੁੱਕਿਆ ਇਸ ਟਾਈਮ, ਮਿੱਟੀ ਸੱਟ ਕੇ ਬੰਦ ਕਰ ਛੁੜੇ ਨੇ ਕਿਉਂਕਿ ਇੱਧਰ ਆਵਾਮ ਨਾ ਆ ਸਕਿਆ ਔਰ ਕਿਉਂਕਿ ਇੱਧਰ ਜਿਹੜਾ ਆਵਾਮ ਆਉਣੀ ਹੈ ਤਾਂ ਅੱਲਾ ਨਾ ਕਰਿਆ ਕੋਈ ਇਸ ਤਰ੍ਹਾਂ ਨਾ ਡੈਮ ਨਾਲ ਪਾਣੀ ਵੀ ਫੁੱਲ ਹੋਇਆ, ਕੋਈ ਇਸ ਤਰ੍ਹਾਂ ਨਾ ਐਕਸੀਡੈਂਟ ਨਾ ਹੋ ਸਕਿਆ, ਇਸ ਵਜ੍ਹਾ ਤੋਂ ਇਸ ਰਠੋਆ ਹਰਿਆਮ ਵਾਲੇ ਪੁੱਲ ਕੀ ਮਿੱਟੀ ਸੱਟ ਕੇ ਬੰਦ ਕਰ ਛੁੜਿਆ ਗਿਆ। ਅਗਰ ਹੁਣ ਕੋਈ ਇਸ ਏਰੀਏ 'ਚ ਆਪਸੀ ਵੀ ਤਾਂ ਪੈਦਲ ਸਫ਼ਰ ਕਰਕੇ ਆਵੇਗਾ ਔਰ ਪੈਦਲ ਸਫ਼ਰ ਕਰਨ ਵਾਸਤੇ ਵੀ ਤੁਸੀਂ 20-25 ਮਿੰਟ ਲੱਗਣੇ, ਜੈਸਾ ਕਿ ਤੁਸੀਂ ਨਜ਼ਰ ਆਉਣ ਲੱਗੇ ਆ ਬਹੁਤ ਵਸੀ ਏਰੀਆ। ਇੱਕ ਉਹ ਸਾਹਮਣੇ ਕਸ਼ਤੀ ਵੀ ਜਾਣ ਲੱਗੀ ਹੈ, ਸਾਹਮਣੇ ਤੁਸੀਂ ਨਜ਼ਰ ਆਉਣੀ ਹੈ ਬਈ ਇਹ ਕਸ਼ਤੀ ਮੀਰਪੁਰ ਵਾਲੇ ਪਾਸੋਂ ਆਈ ਹੈ ਅਤੇ ਇਸਲਾਮਗੜ੍ਹ ਵਾਲੇ ਪਾਸੇ ਜਾਣ ਲੱਗੀ ਹੈ। ਉਮੀਦ ਕਰਨਾ ਅੱਜ ਨੇ ਮੇਰੀ ਵੀਡੀਓ ਜਿਹੜੀ ਮੈਂ ਰਠੋਆ ਰਿਆਮ ਪੁੱਲ ਨਹੀਂ ਬਣਾ ਕੇ ਸਾਰਿਆਂ ਭੈਣ ਭਰਾਵਾਂ ਸ਼ੇਅਰ ਕੀਤੀ ਹੈ ਔਰ ਇੱਕ ਖਬਰ ਸੀ ਜਿਹੜੀ ਮੈਂ ਸਾਰਿਆਂ ਭੈਣ ਭਰਾਵਾਂ ਨੇ ਸੋਚਿਆ ਕਿ ਸ਼ੇਅਰ ਕਰ ਛੁੜਾਂ, ਇਹ ਵੀਡੀਓ ਸਾਰਿਆਂ ਭੈਣ ਭਰਾਵਾਂ ਕੀ ਪਸੰਦ ਆਈ ਸੀ। ਅਗਰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਮੇਰੀ ਵੀਡੀਓ ਕੀ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਸ਼ੇਅਰ ਕਰੋ ਆਪਣੇ ਭੈਣਾਂ ਭਰਾਵਾਂ 'ਚ ਔਰ ਅਗਰ ਅੱਜ ਤੱਕ ਮੇਰੇ ਚੈਨਲ ਕੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਕੀ ਵੀ ਸਬਸਕ੍ਰਾਈਬ ਕਰ ਛੋ, ਤਾਂ ਬਹੁਤ ਜਲਦ ਨਈ ਵੀਡੀਓ ਲੈ ਕੇ ਦੁਬਾਰਾ ਸਾਰਿਆਂ ਭੈਣ ਭਰਾਵਾਂ ਦੀ ਖਿਦਮਤ ਵਿੱਚ ਹਾਜ਼ਰ ਹੋ ਸਾਂ। ਤਬ ਤੱਕ ਮੈਂ ਇਜਾਜ਼ਤ ਦਿਓ, ਆਪਣੀਆਂ ਦੁਆਵਾਂ ਯਾਦ ਰੱਖੇ, ਅੱਲਾ ਸੋਹਣੇ ਨੇ ਵਾਲੇ।